ਚਾਰ ਪੰਜ ਪਨੀਰ ਤਾਂ ਇਹਨਾਂ 'ਚ ਹੀ ਹੈਗਾ, ਚਾਰ ਤੋਂ ਉੱਪਰ ਹੀ ਆ। ਇੱਦਾਂ ਕਰੋ ਜਿਹੜੇ ਜਿਹੜੇ ਮੈਂ ਕੱਢਦਾ ਇਹ 'ਚ ਲਓ ਸਰ। ਜਿਹੜਾ ਪਿਛਲੇ ਦਿਨਾਂ 'ਚ ਮੇਰਾ ਸੈਂਪਲ ਭਰੋਇਆ ਪਨੀਰ ਦਾ, ਬਹੁਤ ਚੰਗਾ ਸਰਕਾਰ ਨੇ ਕੰਮ ਕੀਤਾ, ਜਿਹੜਾ ਇਹਦੇ 'ਚ ਧਿਆਨ ਦੇਣਾ ਸ਼ੁਰੂ ਕੀਤਾ ਸਰਕਾਰ ਨੇ ਪਨੀਰ ਦੇ ਸੈਂਪਲ ਭਰਨ ਵਾਸਤੇ। ਮੈਂ ਬਹੁਤ ਇਸ ਤੋਂ ਖੁਸ਼ ਵੀ ਹਾਂ ਅਤੇ ਮੈਂ ਥੋੜ੍ਹਾ ਨਾਰਾਜ਼ ਵੀ ਹਾਂ। ਅਤੇ ਚਲੋ ਤੁਸੀਂ ਆਏ ਤੁਹਾਨੂੰ ਦੱਸਦੇ ਹਾਂ ਆਪਾਂ ਸਾਰਾ। ਐਗਜੀ ਸਾਹਿਬ ਜਦੋਂ ਮੇਰਾ ਸੈਂਪਲ ਭਰਨਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਮਾਲਕ ਨੂੰ ਬੁਲਾਈਏ। ਮੇਰੇ ਤੋਂ 30 ਕਿਲੋਮੀਟਰ ਹੀ ਸਾਰਾ, ਇੱਥੋਂ 20 ਕਿਲੋਮੀਟਰ ਦੇ ਕਰੀਬ ਸੀਗੇ ਮੇਰਾ ਪਲਾਂਟ। ਉੱਥੋਂ ਮੈਨੂੰ ਫੋਨ ਕਰਦੇ, ਉੱਥੇ ਸੱਦ ਲੈਂਦੇ ਅਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਕਿਹੜੇ ਪੈਰਾਮੀਟਰ ਦੇ ਨਾਲ ਆਪਾਂ ਕਿਹੜੇ ਤਰੀਕੇ ਨਾਲ ਪਨੀਰ ਨੂੰ ਤਿਆਰ ਕਰਨੇ ਆ। ਹਾਂਜੀ, ਉਹਨਾਂ ਦੀ ਗੱਲ ਸਹੀ ਆ ਜੀ, ਉਹ ਦੁੱਧ 60 ਰੁਪਏ ਖਰੀਦਦੇ ਆ, 50 ਰੁਪਏ ਦੁੱਧ ਦਾ ਰੇਟ ਹੈ। ਦੇਖੋ ਘਰਾਂ 'ਚ ਤਾਂ ਇਹੀ ਰੇਟ ਵਿਕਦਾ ਦੁੱਧ, ਭੋਲੇ ਭਾਲੇ ਲੋਕ ਨੇ, ਉਹਨਾਂ ਨੂੰ 60 ਰੁਪਏ ਵੀ ਮਿਲਦਾ, 70 ਵੀ ਮਿਲਦਾ, 60 ਵੀ, ਕਿਉਂਕਿ ਹਰ ਘਰ ਦੇ ਵਿੱਚ ਮਸ਼ੀਨ ਨਹੀਂ ਹੈਗੀ ਦੁੱਧ ਚੈੱਕ ਕਰਨ ਵਾਲੀ। ਸਰ ਜਦੋਂ ਅਸੀਂ ਦੁੱਧ ਖਰੀਦਦੇ ਹਾਂ ਆਪਾਂ ਦੁੱਧ ਨੂੰ ਚੈੱਕ ਕਰਕੇ ਫਿਰ ਖਰੀਦਦੇ ਹਾਂ। ਦੁੱਧ ਦੀ 2 ਫੈਂਟ ਵੀ ਆਉਂਦੀ ਆ, ਦੁੱਧ ਦੀ 3.0 ਫੈਂਟ ਵੀ ਹੁੰਦੀ ਆ, 3.5 ਵੀ, 10 ਫੈਂਟ ਤੱਕ ਦੁੱਧ ਜਿਹੜੀ ਆ ਦੁੱਧ ਦੀ ਖਰੀਦ ਆਪਾਂ ਕਰਦੇ ਹਾਂ। ਰਹੀ ਗੱਲ ਜਿਹੜਾ 60 ਰੁਪਏ ਕਿਲੋ ਦੁੱਧ ਵਾ, ਉਹ 50 ਰੁਪਏ ਕਿਲੋ ਦੁੱਧ ਵਾ, ਉਹ ਐਕਚੁਲੀ ਸਰ ਘਰਾਂ 'ਚ ਤਾਂ ਇਹੀ ਰੇਟ ਵਿਕਦਾ, ਪਰ ਜਿਹੜੇ ਡੇਅਰੀ ਪਲਾਂਟ ਵਾਲੇ ਨੇ ਦੁੱਧ ਖਰੀਦਣਾ, ਚਾਹੇ ਕਿ ਅਮੂਲ ਨੇ ਖਰੀਦਣਾ ਚਾਹੇ ਵੇਰਕੇ ਨੇ ਖਰੀਦਣਾ, ਉਹਨਾਂ ਨੇ ਦੁੱਧ ਦੀ ਕੀਮਤ ਫੈਂਟ ਵੇਖ ਕੇ ਫਿਰ ਹੀ ਦੇਣੀ ਆ। ਦੁੱਧ ਵਿੱਚ 2 ਚੀਜ਼ਾਂ ਹੁੰਦੀਆਂ ਸਰ ਜੀ, ਇੱਕ ਹੁੰਦਾ ਉਹਦੇ ਵਿੱਚ ਪਟੀਨ, ਇੱਕ ਹੁੰਦਾ ਘਿਓ। ਹੁਣ ਜਿਹੜਾ 70 ਫੈਂਟ ਦਾ ਦੁੱਧ ਹੈ ਉਹਦਾ ਤਾਂ ਸਰ ਪਨੀਰ ਬਣਾਉਣਾ ਨਹੀਂ ਕਿਸੇ ਨੇ, ਉਹਦੇ ਵਿੱਚੋਂ ਆਪਾਂ ਕਰੀਮ ਕੱਢਣੀ ਆ, ਫਿਰ ਆਪਣਾ ਘਿਓ ਬਣਨਾ। ਉਹਦੇ ਵਿੱਚੋਂ ਕਰੀਮ ਸਾਰੀ ਕੱਢਣੀ ਆ ਜਾਂ ਇਹ ਕੱਢਣੀ ਆ ਅੱਧੀ, ਉਹ ਪੈਰਾਮੀਟਰ ਦੇ ਹਿਸਾਬ ਨਾਲ, ਜੋ ਆਪਾਂ ਪਨੀਰ ਦੀ ਪੈਰਾਮੀਟਰ ਰੱਖਣੀ ਆ ਅਸੀਂ ਉਹ ਤਰੀਕੇ ਨਾਲ ਆਪਾਂ ਪਨੀਰ ਬਣਾਉਂਦੇ ਹਾਂ। ਪਨੀਰ ਬਣਦਾ ਸਰ ਜੀ 2 ਤਰ੍ਹਾਂ ਦਾ, ਉਹ ਮੈਂ ਤੁਹਾਨੂੰ ਜਾਗਰੂਕ ਕਰਨਾ ਕਿੱਦਾਂ ਬਣਦਾ। ਜਿਹੜਾ ਦੁੱਧ 7 ਫੈਂਟ ਦਾ ਚਾਹੇ 8 ਫੈਂਟ ਦਾ ਵਾ ਸਰ, ਉਹਦੀ ਕਰੀਮ ਕੱਢ ਕੇ ਉਹਦੀ 3 ਫੈਂਟ ਚਾਹੇ ਉਹਦੀ 2.5 ਫੈਂਟ ਦਾ ਦੁੱਧ ਕਰਕੇ 1000 ਕਿਲੋ ਜਾਂ ਜਿੰਨਾ ਵੀ ਦੁੱਧ ਆਉਂਦਾ ਪਲਾਂਟ ਦੇ ਵਿੱਚ, ਜਿੱਦਾਂ ਜਿੱਦਾਂ ਕਿਸੇ ਦੀ ਸੇਲ ਆ ਪਨੀਰ ਦੀ ਚਾਹੇ ਦਹੀਂ ਦੀ ਜਾਂ ਕਿੱਦਾਂ ਦੀ ਸੇਲ ਆ, ਉਹ ਤਰੀਕੇ ਨਾਲ ਆਪਾਂ ਦੁੱਧ ਮਤਲਬ ਕਿ ਪੈਰਾਮੀਟਰ ਬਣਾ ਕੇ ਉਹਨੂੰ ਫੈਨ ਲਗਾ ਕੇ ਉਹਦੀ ਗ੍ਰੈਵਿਟੀ ਚੈੱਕ ਕਰਕੇ ਉਹਦਾ ਫਿਰ ਆਪਾਂ ਪੈਸਚਰਾਈਜ਼ਰ ਦੇ ਨਾਲ ਦੁੱਧ ਨੂੰ ਗਰਮ ਕਰਨੇ ਆ। ਉਹਦੇ ਵਿੱਚ ਜਿਹੜੇ ਬੈਕਟੀਰੀਆ ਸਰ ਹੁੰਦੇ ਆ ਉਹ ਖਤਮ ਹੋ ਜਾਂਦੇ ਆ, ਪਨੀਰ ਦੇ ਜਿਹੜੇ ਬੈਕਟੀਰੀਆ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਦੁੱਧ ਦੇ, ਅਤੇ ਉਹ ਆਪਾਂ ਫਿਰ ਉਹਦਾ ਪਨੀਰ ਤਿਆਰ ਕਰਨੇ ਆ। ਇੱਕ ਪਨੀਰ ਬਣਦਾ 2.5 ਫੈਂਟ ਦਾ, ਇੱਕ ਬਣਦਾ 5 ਫੈਂਟ ਦਾ। ਤੁਸੀਂ ਕਿਹੜਾ ਬਣਾਉਂਦੇ ਹੋ? ਨਹੀਂ ਸਰ, ਦੋਨੋਂ ਸਾਨੂੰ ਬਣਾਉਣੇ ਪੈਂਦੇ ਨੇ। ਜਿਹੜੇ ਰੋਪ ਲਾਏ ਵੀ ਨਕਲੀ ਪਨੀਰ ਹੈ, ਤੁਹਾਨੂੰ ਕੀ ਰੋਸ਼ ਹੈਗਾ? ਸਰ ਮੇਰੇ ਤਾਂ ਜਿੰਨਾ ਚਿਕਰ ਰਿਪੋਰਟ ਨਹੀਂ ਆਉਂਦੀ ਉਹਨਾਂ 'ਚ ਕਿਤੇ ਮੈਨੂੰ ਨਕਲੀ ਕਹਿੰਦਾ ਇਹਨਾਂ ਨੂੰ ਹੱਕਦਾਰ ਨਹੀਂ ਬਣਦਾ, ਪਹਿਲਾਂ ਉਹਦੀ ਰਿਪੋਰਟ ਦੇਖ ਲੈਣ ਅਤੇ ਫਿਰ ਉਹਨੂੰ ਮੇਰੇ 'ਤੇ ਕੋਈ ਇਲਜ਼ਾਮ, ਜੇ ਕੋਈ ਕਾਰਵਾਈ ਬਣਦੀ ਮੇਰੇ 'ਤੇ ਕਰ ਵੀ ਦੇਣ। ਸਰ ਦੇਖੋ ਮੈਂ ਬਰਫ ਬਾਹਰੋਂ ਤਾਂ ਖਰੀਦਦਾ ਨਹੀਂ, ਜਿਹੜਾ ਮੇਰਾ ਜਦੋਂ ਮੈਨੂੰ ਫੂਡ ਸੇਫਟੀ ਵਾਲਾ ਮੈਨੂੰ ਸਰਟੀਫਿਕੇਟ ਦਿੱਤਾ, ਮੈਂ ਸਰ ਉਹਦੀ ਪਹਿਲਾਂ ਪਾਣੀ ਦੀ ਟੈਸਟਿੰਗ ਕਰਾਈ ਆਪਣੇ ਪਲਾਂਟ ਦੀ, ਫਿਰ ਸਰ ਜਦੋਂ ਮੈਂ ਬਰਫ ਜਮਾਨਾ ਵਾਂ ਮੈਂ ਪੈਸਚਰਾਈਜ਼ ਪਾਣੀ ਨੂੰ ਕਰ ਲੈਂਦਾ, ਪੈਸਚਰਾਈਜ਼ ਕਰਕੇ ਮੈਂ ਉਹਦੀ ਬਰਫ ਜਮਾਨਾ ਅਤੇ ਫਿਰ ਮੈਂ ਪਨੀਰ ਨੂੰ ਲਾਉਨਾ। ਆਪਾਂ 2.5-3 ਫੈਂਟ ਦਾ ਦੁੱਧ ਜਿਹੜਾ ਖਰੀਦਦੇ ਹਾਂ ਨਾ ਅਸੀਂ ਉਹਦਾ ਉਹਦਾ ਵੀ ਪਨੀਰ ਬਣਾਉਂਦੇ ਸਰ, ਉਹ 'ਚ ਕੋਈ ਪਾਪ ਨਹੀਂ ਹੈਗਾ, ਜੇ ਉਹਦਾ ਕੋਈ ਪਾਪ ਆ ਤਾਂ ਅਸੀਂ ਵਾਰ ਵਾਰ ਕਰਾਂਗੇ 2.5 ਫੈਂਟ ਦਾ। ਜੇ ਮੇਰੇ ਪਨੀਰ ਦੇ ਵਿੱਚੋਂ ਸਰ ਸੈਂਪਲ ਜਿਹੜਾ ਭਰਿਆ ਵਾ, ਜੇ ਮੇਰੇ ਪਨੀਰ ਦੇ ਵਿੱਚੋਂ ਕੋਈ ਰਿਫਾਇੰਡ ਕੋਈ ਪੋਇਮਾਈ
ਕੋਈ ਇੱਦਾਂ ਦੀ ਗਲਤ ਚੀਜ਼ ਨਿਕਲਦੀ ਆ ਮੈਨੂੰ ਚੌਂਕ 'ਚ ਖਿਲਾਰ ਕੇ ਸਰ ਗੋਲੀ ਮਾਰ ਦਿਓ, ਮੈਨੂੰ ਕਬੂਲ ਆ, ਮੈਂ ਆਪਣੇ ਬਿਆਨ ਆਪ ਦੇ ਰਿਹਾ।